ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਚੈਨਲ 'ਤੇ। ਤਾਂ ਆਪਾਂ ਟੀਟੀ ਨਾਟਸ ਰਣਵੀਰ ਭਰਤੀ ਬਾਰੇ ਅੱਜ ਗੱਲ ਕਰਨ ਜਾ ਰਹੇ ਹਾਂ ਕਿ ਜਿੱਥੇ ਤਰਨਾ ਦਿੰਦੇ ਬੱਚੇ ਨਾਲ ਕੀ ਕੁਝ ਹੋਇਆ ਹੈ, ਅਤੇ ਨਾਟਸ ਰਣਵੀਰ ਦੀ ਜਿਹੜੀ ਜੁਆਇਨਿੰਗ ਦੇ ਬਾਰੇ ਜਦੋਂ ਆਪਣੇ ਸਿੱਖਿਆ ਮੰਤਰੀ ਜੀ ਕੋਲ ਪੁੱਛਿਆ ਗਿਆ ਤਾਂ ਉਹਨਾਂ ਨੇ ਕੀ ਜਵਾਬ ਦਿੱਤਾ ਸੀਗਾ। ਇਹ ਦੋਸਤੋ ਕੱਲ੍ਹ ਦੇ ਜਿਹੜੇ ਧਰਨੇ ਦੀ ਖਬਰ ਹੈ, ਅਤੇ ਕਿਹੜੀ ਖਬਰ ਝੂਠੀ ਨਿਕਲੀ ਸੀਗੀ ਜਿਹੜੀ ਕਿ ਯੂਟਿਊਬ 'ਤੇ ਵਾਇਰਲ ਕੀਤੀ ਗਈ ਸੀ ਕੁਝ ਯੂਟਿਊਬ ਚੈਨਲਾਂ ਵੱਲੋਂ, ਅਤੇ ਪੰਜਾਬ ਸਰਕਾਰ ਮੁਰਦਾਬਾਦ ਹੈ, ਮੁਰਦਾਬਾਦ ਹੀ ਰਹੇਗੀ। ਤਾਂ ਚਲੋ ਦੋਸਤੋ, ਪਹਿਲਾਂ ਆਪਾਂ ਗੱਲ ਕਰਦੇ ਹਾਂ ਧਰਨਾ ਦਿੰਦੇ ਹੋਏ ਬੱਚਿਆਂ ਨਾਲ ਕੀ ਹੋਇਆ ਹੈ। ਤਾਂ ਦੋਸਤੋ, ਜਿਹੜੇ ਬੱਚੇ ਧਰਨਾ ਦੇ ਰਹੇ ਸੀ ਉਹਨਾਂ ਨੂੰ ਨਜਾਇਜ਼ ਹੀ ਪੁਲਿਸ ਨੇ ਚੁੱਕ ਕੇ ਥਾਣੇ ਲੈ ਗਏ, ਕਿਉਂਕਿ ਉੱਥੇ ਪਹਿਲਾਂ ਗਿਣਤੀ ਘੱਟ ਸੀ। ਬਾਅਦ ਵਿੱਚ ਜਦੋਂ ਬਾਕੀ ਆਪਣੇ ਆਗੂ ਸਾਹਿਬਾਨ ਪਹੁੰਚੇ ਜਾਂ ਜਿਹੜੇ ਵੀ ਬੱਚੇ ਸੀਗੇ ਨਾਲ ਪਹੁੰਚੇ, ਤਾਂ ਫਿਰ ਉੱਥੇ ਦੁਬਾਰਾ ਧਰਨਾ ਦਿੱਤਾ ਗਿਆ। ਅਤੇ ਜਦੋਂ ਦੋਸਤੋ ਆਪਣੀ ਗੱਲ ਹੋਈ ਧਰਨੇ ਤੋਂ ਬਾਅਦ ਨਾਟਸਵਾਨੇ ਦੀ ਜੁਆਇਨਿੰਗ ਬਾਰੇ, ਤਾਂ ਜਿਵੇਂ ਕਿ ਆਪਣੇ ਪਹਿਲੇ ਧਰਨਿਆਂ ਦਾ ਹਾਲ ਹੋਇਆ ਹੈ, ਜਦੋਂ ਸਿੱਖਿਆ ਮੰਤਰੀ ਜੀ ਨੂੰ ਇਹ ਸਵਾਲ ਕੀਤਾ ਜਾਂਦਾ ਹੈ ਕਿ ਭਰਤੀ ਕਦੋਂ ਹੋਏਗੀ ਪੂਰੀ ਅਤੇ ਜੁਆਇਨਿੰਗ ਲੈਟਰ ਕਦੋਂ ਦਿੱਤੇ ਜਾਣਗੇ, ਤਾਂ ਉਹਨਾਂ ਨੇ ਕੋਈ ਪੱਕਾ ਵਾਅਦਾ ਨਾ ਕਰਦੇ ਹੋਏ ਸਿਰਫ ਇੱਕ ਲਾਰਾ ਦਿੱਤਾ ਹੈ। ਅਤੇ ਖਬਰ ਕਿਹੜੀ ਝੂਠੀ ਨਿਕਲੀ ਦੋਸਤੋ, 3000 ਪੋਸਟਾਂ ਜਿਹੜੀਆਂ ਕਹਿ ਰਹੇ ਸੀ ਕਿ ਹਾਂਜੀ ਲਿਸਟ ਆ ਚੁੱਕੀ ਹੈ, ਬਹੁਤ ਸਾਰੇ ਚੈਨਲਾਂ 'ਤੇ ਵੀਡੀਓ ਪਾਈ ਸੀ ਕਿ 3000 ਦੀ ਲਿਸਟ ਆ ਚੁੱਕੀ ਹੈ, ਇਹ ਕੈਂਡੀਡੇਟ ਸਿਲੈਕਟ ਹੋ ਚੁੱਕੇ ਨੇ। ਤਾਂ ਦੋਸਤੋ ਉਹ ਖਬਰ ਬਿਲਕੁਲ ਵੀ ਸੱਚੀ ਨਹੀਂ ਸੀਗੀ, ਅਤੇ ਨਾ ਹੀ ਉਹਦਾ ਹਜੇ ਤੱਕ ਕੋਈ ਪ੍ਰੂਫ ਹੈ। ਤਾਂ ਤੁਸੀਂ ਦੇਖ ਸਕਦੇ ਦੋਸਤੋ, ਇੱਥੇ ਬਹੁਤ ਸਾਰੇ ਬੱਚੇ ਜਿਹੜੇ ਧਰਨਾ ਲਾ ਰਹੇ ਸੀ ਇਹ ਹਜੇ ਵੀ ਲਗਾ ਰਹੇ ਨੇ, ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਵੀ ਲਗਾ ਰਹੇ ਨੇ, ਕਿਉਂਕਿ ਇਹਨਾਂ ਨੂੰ ਹਜੇ ਤੱਕ ਵੀ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ, ਜਦਕਿ ਇਹਨਾਂ ਨੇ 3-3, 4-4 ਪੇਪਰ ਆਪਣੇ ਕਲੀਅਰ ਕਰਕੇ ਇੱਥੋਂ ਤੱਕ ਪਹੁੰਚੇ ਨੇ। ਪਰ ਇਹਨਾਂ ਨੂੰ ਇੱਥੇ ਨਿਯੁਕਤੀ ਪੱਤਰ ਦੇਣ ਦੀ ਥਾਂ ਸਰਕਾਰ ਪੁਲਿਸ ਤੋਂ ਡੰਡੇ ਦਵਾਉਂਦੀ ਹੈ, ਅਤੇ ਇਹਨਾਂ ਨੂੰ ਹੋਰ ਵੀ ਕਈ ਤਸ਼ੱਦਦ ਸਹਿਣੇ ਪੈਂਦੇ ਨੇ। ਅੱਜ ਮੇਰਾ ਸਵਾਲ ਇਹ ਹੈ ਕਿ ਜੇਕਰ ਤੁਸੀਂ ਨੌਕਰੀਆਂ ਨਹੀਂ ਦੇਣੀਆਂ ਹੁੰਦੀਆਂ ਤਾਂ ਫਾਰਮ ਹੀ ਓਪਨ ਕਿਉਂ ਕਰਦੇ ਜੇ, ਅਤੇ ਜੇਕਰ ਫਾਰਮ ਓਪਨ ਕਰ ਦਿੱਤੇ ਨੇ ਤਾਂ ਭਰਤੀਆਂ ਨੂੰ ਪੂਰਾ ਵੀ ਕਰ ਦਿਆ ਕਰੋ। ਤਾਂ ਦੋਸਤੋ, ਤੁਹਾਡਾ ਕੋਈ ਸਵਾਲ ਹੋਵੇ ਤਾਂ ਕਮੈਂਟ ਵਿੱਚ ਜ਼ਰੂਰ ਪੁੱਛਣਾ। ਧੰਨਵਾਦ ਜੀ। ਲਾਰੇ ਲਾਉਣਾ ਬੰਦ ਕਰੋ, ਲਾਰੇ ਲਾਉਣਾ ਬੰਦ ਕਰੋ, ਝੰਡਾ ਆਪਣੀ ਮੁਰਦਾਬਾਦ, ਝੰਡਾ ਆਪਣੀ ਮੁਰਦਾਬਾਦ।